ਉਹ ਪੇਸ਼ ਕਰਦਾ ਹੈ ਜਿਹਦੇ ਕੋਲ ਬੋਲੋ। ਔਰ ਮੈਂ ਜੇ ਦਰਵਾਜ਼ੇ ਦੇ ਉੱਤੇ ਖਲੋ ਕੇ ਜਨਾਬ ਫੂਕਾ ਫਾਕੀ ਮਾਰੇ ਜਾਵਾਂਗੀ ਤੇ ਫੂਕੇ ਫਾਕੀ ਮਾਰ ਕੇ ਤੇ ਜਨਾਬ ਤੁਹਾਡਾ ਹੱਥ ਠੀਕ ਹੋ ਗਈ ਹੈ, ਜ਼ਬਾਨ ਠੀਕ ਹੋ ਗਈ ਹੈ, ਤੇ ਮੇਰੇ ਕੋਲ ਬੰਦਾ ਪੁੱਛੇ ਮੌਲੀ ਸਾਹਿਬ ਫੂਕ ਮਾਰ ਜੇ ਪੜੀ ਕੀ ਜੇ, ਮੈਂ ਕਿ ਮੈਨੂੰ ਤਾਂ ਉਸ ਵੇਲੇ ਵੀ ਨਹੀਂ ਆਉਂਦੀ। ਸਿਆਣੇ ਬੰਦਾ ਕੀ ਆਖਣਾ, ਛੱਡੇ ਵੀ ਮੌਲੀ ਤੇਰਾ, ਤੂੰ ਦਰਵਾਜ਼ੇ ਤੇ ਖਲੋ ਕੇ ਲੋਕਾਂ ਨੂੰ ਧੋਖਾ ਦੇਣ ਦੇ ਹੈ। ਖੁਦਾ ਦੀ ਇੱਜ਼ਤ ਦੀ ਕਸਮ, ਮੇਰੇ ਕੋਲ ਦਲੀਲ ਕੀ ਹੋਵੇਗੀ ਜਦ ਮੈਂ ਬੱਚੇ ਦੀ ਅੱਖ ਤੇ ਹੱਥ ਰੱਖ ਕੇ ਫੂਕ ਮਾਰਾਂਗਾ ਤੇ ਮੈਂ ਪੜਾਂਗਾ ਕੁਲ ਹੁਵੱਲਾ, ਮੈਂ ਪੜਾਂਗਾ ਦਰੂਦ ਇਬਰਾਹੀਮੀ, ਮੈਂ ਪੜਾਂਗਾ ਅਲਹਮ ਸ਼ਰੀਫ, ਇਹ ਮੇਰੇ ਕੋਲ ਦਲੀਲ ਆ ਗਈ, ਸੁਣਾ ਦੇਵਾਂਗਾ, ਬੰਦਾ ਖੁਸ਼ ਹੋ ਜਾਏਗਾ। ਯਾ ਅੱਲਾ, ਦਾਵਾ ਤੇ ਉਹ ਕਰਦਾ ਜਿਹਦੀ ਦਲੀਲ, ਦਲੀਲ ਉਹ ਦਿੰਦਾ ਜਿਹਦਾ ਦਾਵਾ ਹੋਵੇ। ਜਿਹੜੇ ਬੰਦੇ ਨੂੰ ਸਮਝ ਆ ਜਾਏ, ਬਿਸਮਿਲਲਾ, ਆਪ ਸਭ ਬੈਠੇ ਹੋ, ਬੜੀ ਮਿਹਰਬਾਨੀ, ਅੱਲਾ ਦੀ ਇੱਜ਼ਤ ਦੀ ਕਸਮ, ਦਾਵਾ ਉਹ ਕਰਦਾ ਜਿਹਦੀ ਦਲੀਲ ਪੱਕੀ ਹੋਵੇ। ਮੌਲਾ ਤੇਰੀ ਦਲੀਲ ਕੀ ਹੈ? ਹੁਣ ਮੈਂ ਵੇਖਣਾ ਜਿਹੜਾ ਬੰਦੇ ਦੇ ਅੰਦਰ ਕਮ ਅਜ਼ ਕਮ ਮੁਸਲਮਾਨੀ ਮੌਜੂਦ ਹੋਏਗੀ, ਉਹ ਜਵਾਬ ਦੇਵੇਗਾ ਮੌਲਾ ਤੇਰੀ ਦਲੀਲ ਕੀ ਹੈ? ਫਰਮਾ ਮੇਰੀ ਦਲੀਲ ਹੋਵੇ ਲਾ ਇਲਾਹ ਇਲੱਲਾਹ, ਤੇ ਮੇਰਾ ਦਾਵਾ ਹੈ ਮੁਹੰਮਦ ਰਸੂਲullah। ਅੱਛਾ ਤੁਹਾਨੂੰ ਕੀ ਪਤਾ, ਮੈਨੂੰ ਗਰਮੀ ਨਹੀਂ ਲੱਗਦੀ, ਗਰਮੀ ਨਹੀਂ ਲੱਗਦੀ ਹੈ ਨਾ, ਤੇ ਫਿਰ ਇੱਕ ਵਾਰੀ ਮੈਂ ਮੁਸਾਫਿਰ ਹਾਂ, ਦੁਆ ਕਰਾਂਗਾ ਜਿਹੜਾ ਸੁਭਾਨ ਅੱਲਾ ਉੱਚੀ ਆਖੇ ਰਸੂਲ ਕਾਇਨਾਤ ਦਾ ਦੀਦਾਰ ਪਾਵੇ। ਆਓ ਮੇਰੇ ਗਿਰਾਮੀ ਕਦਰ ਹਜ਼ਰਤ ਅੱਲਾ ਕਰੀਮ ਜਨਾਬ ਮੰਡੀ